ਲੁਧਿਆਣਾ ਦੇ ਅਮਰਪੁਰਾ ਵਿੱਚ ਕੋਰੋਨਾ ਵਾਇਰਸ ਨਾਲ 42 ਸਾਲਾ ਮਹਿਲਾ ਦੀ ਮੌਤ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਸਖਤ ਕਦਮ ਚੁੱਕਦੇ ਹੋਏ ਜਿੱਥੇ ਅਮਰਪੁਰਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ, ਉੱਥੇ ਹੀ ਕਰਫਿਊ ਦਾ ਪਾਲਣ ਨਾ ਕਰਨ ਵਾਲੇ ਲੋਕਾਂ ਨੂੰ ਗੁਰੂ ਨਾਨਕ ਸਟੇਡੀਅਮ ਵਿੱਚ ਅਸਥਾਈ ਰੂਪ ਤੋਂ ਬਣਾਈ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ। ਕੱਲ੍ਹ ਕੋਰੋਨਾ ਵਾਇਰਸ ਦੇ ਕਾਰਨ ਲੁਧਿਆਣਾ ਦੇ ਵਿੱਚ ਇੱਕ ਮਹਿਲਾ ਦੀ ਮੌਤ ਦੇ ਬਾਅਦ ਜੋ ਹੈ ਉਸ ਇਲਾਕੇ ਨੂੰ ਬਿਲਕੁਲ ਸੀਲ ਕਰ ਦਿੱਤਾ ਗਿਆ ਜਿੱਥੇ ਉਹ ਮਹਿਲਾ ਰਹਿੰਦੀ ਸੀ। ਅਮਰਪੁਰੇ ਦੀ ਉਹ ਮਹਿਲਾ ਸੀ, ਤੁਸੀਂ ਦੇਖ ਸਕਦੇ ਹੋ ਕਿ ਜੋ ਹੈ ਉਹਦੇ ਬੈਰੀਕੇਡ ਲਗਾ ਕੇ ਜੋ ਹੈ ਉਸ ਇਲਾਕੇ ਨੂੰ ਜੋ ਹੈ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਅਮਰਪੁਰੇ ਦੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜੋ ਹੈ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਈ ਹੈ, ਡਰ ਵੀ ਪੈਦਾ ਹੋਇਆ ਕਿ ਉਹਨਾਂ ਨੇ ਜੋ ਹੈ ਗਲੀਆਂ ਜਿਹੜੇ ਉਹਨਾਂ ਦੇ ਗਲੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਜੋ ਹੈ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹ ਜਿਹੜੇ ਬਾਹਰੀ ਲੋਕ ਨੇ ਜਾਂ ਘਰਾਂ ਵਿੱਚ ਜੋ ਲੋਕ ਨਿਕਲ ਰਹੇ ਨੇ ਉਹ ਘਰਾਂ ਵਿੱਚ ਨਾ ਨਿਕਲਣ। ਜੋ ਮੌਤ ਨੇ ਜੋ ਹੈ ਪੂਰੇ ਸ਼ਹਿਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ, ਪੂਰੇ ਪੰਜਾਬ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਤੇ ਉਹਦੇ ਬਾਅਦ ਵੀ ਜੋ ਹੈ ਲੋਕਾਂ ਦਾ, ਹਾਲਾਂਕਿ ਜਿੱਥੇ ਤੱਕ ਗੱਲ ਕਰੀਏ ਲੁਧਿਆਣਾ ਦੇ ਅੱਜ ਦੇ ਕਰਫਿਊ ਦੀ, ਤਾਂ ਪੁਲਿਸ ਵੱਲੋਂ ਜੋ ਹੈ ਅੱਜ ਹੁਣ ਜੋ ਹੈ ਸਖਤੀ ਵਰਤੀ ਜਾ ਰਹੀ ਹੈ, ਲੋਕ ਬਹੁਤ ਜੋ ਹੈ ਘੱਟ ਨਜ਼ਰ ਆ ਰਹੇ ਨੇ। ਅਸੀਂ ਜੋ ਹੈ ਪੂਰੇ ਸ਼ਹਿਰ ਦਾ ਜਾਇਦਾ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਜੋ ਹੈ ਲੋਕ ਜਿਹੜੇ ਸੀ ਸੜਕਾਂ 'ਤੇ ਅੱਜ ਘੱਟ ਨਜ਼ਰ ਆਏ। ਜਿਹੜੇ ਅਸੀਂ ਹਾਲਾਤ ਦੇਖੇ ਸੀ ਉਹਦੇ ਵਿੱਚ ਜੋ ਹੈ ਹਾਲਾਤ ਜੋ ਚੰਗੇ ਨਜ਼ਰ ਨਹੀਂ ਆ ਰਹੇ ਸੀ, ਕਿਉਂਕਿ ਲੋਕ ਜਿਹੜੇ ਸੀ ਘਰਾਂ ਤੋਂ ਬਾਹਰ ਆ ਰਹੇ ਸੀ, ਆ ਜਾ ਰਹੇ ਸੀ, ਤਾਂ ਪੁਲਿਸ ਵੱਲੋਂ ਵੀ ਜੋ ਹੈ ਉਹਨਾਂ 'ਤੇ ਰੋਕਾ ਟੋਕੀ ਜਿਹੜੇ ਘੱਟ ਹੀ ਕੀਤੀ ਜਾ ਰਹੀ ਸੀ। ਲੇਕਿਨ ਜੋ ਇਸ ਮੌਤ ਦੇ ਬਾਅਦ ਜੋ ਹੈ ਹਾਲਾਤ ਪੈਦਾ ਹੋਏ ਨੇ ਉਸ ਨੂੰ ਲੈ ਕੇ ਪੁਲਿਸ ਵੀ ਜੋ ਹੈ ਕਾਫੀ ਸਖਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਲੋਕ ਵੀ ਜੋ ਹੈ ਡਰੇ ਨੇ ਅਤੇ ਉਹ ਆਪਣੇ ਘਰਾਂ ਵਿੱਚ ਹੀ ਨਜ਼ਰ ਆ ਰਹੇ ਨੇ। ਸਾਡੇ ਨਾਲ ਪੁਲਿਸ ਅਧਿਕਾਰੀ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜੋ ਹੈ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਨੇ ਅਤੇ ਕਿੰਨੇ ਕੁ ਲੋਕ ਜਿਹੜੇ ਅਵੇਅਰ ਨਜ਼ਰ ਆ ਰਹੇ ਨੇ। ਸਰ, ਕਿੱਦਾਂ ਦਾ ਪ੍ਰਬੰਧ ਨੇ ਇੱਥੇ ਜਿਹੜੇ? ਇੱਥੇ ਦਾ ਜਿਹੜਾ ਕੱਲ੍ਹ ਇੱਕ ਜਿਹੜੀ ਮੌਤ ਹੋਈ ਆ ਉਹਦੇ ਕਰਕੇ ਇਹ ਅਮਰਪੁਰਾ ਜਿਹੜਾ ਮੁਹੱਲਾ ਆ ਇਹ ਪੂਰਾ ਸੀਲ ਕੀਤਾ ਗਿਆ। ਗਲੀ ਮੁਹੱਲੇ ਵਿੱਚ ਪੂਰੀ ਪਾਬੰਦੀ ਲਾਈ ਗਈ ਆ, ਇਹਨਾਂ ਨੂੰ ਹਦਾਇਤ ਕੀਤੀ ਗਈ ਆਪਣੇ ਆਪਣੇ ਘਰ ਵਿੱਚ ਸੁਰੱਖਿਅਤ ਰਹੋ ਵੀ ਜਿਹੜਾ ਇਹ ਵਾਇਰਸ ਇਹਦਾ ਹੋਰ ਨਾ ਫੈਲੇ। ਅਤੇ ਇਸ ਕਰਕੇ ਸਾਹਮਣੇ ਨਾ ਕਿ ਸਾਰੇ ਸੀਲ ਕਰ ਦਿੱਤਾ, ਇੱਧਰਲਾ ਮੁਹੱਲਾ ਵੀ ਪਿਛਲਾ ਵੀ ਸਾਰਾ ਕਰ ਦਿੱਤਾ, ਸਾਰੀ ਗਲੀਆਂ ਮੁਹੱਲੇ ਵਿੱਚ ਵੀ ਸੀਲ ਕਰ ਦਿੱਤਾ ਆ। ਤਦ ਲੋਕਾਂ ਨੂੰ ਅਸੀਂ ਇਹ ਸੂਚਿਤ ਕਰਦੇ ਹਾਂ ਵੀ ਆਪਣੇ ਆਪਣੇ ਘਰ ਵਿੱਚ ਆਰਾਮ ਰਹੋ ਅਤੇ ਇਹ ਜੋ ਵਾਇਰਸ ਆ ਹੋਰ ਨਾ ਕਿਸੇ ਨੂੰ ਵੀ ਲੱਗ ਜਾਵੇ। ਬਸ ਲੋਕਾਂ ਦਾ ਪ੍ਰਭਾਵ ਨਜ਼ਰ ਆ ਰਿਹਾ ਜਿਹੜੀ ਕੱਲ੍ਹ ਮੌਤ ਹੋਈ ਉਹਦੇ ਬਾਅਦ ਬਹੁਤ ਜ਼ਿਆਦਾ ਲੋਕ ਦਹਿਸ਼ਤ ਵਿੱਚ ਆ, ਆਪਣੇ ਆਪਣੇ ਘਰਾਂ ਵਿੱਚ ਉਹ ਬੈਠੇ ਆ, ਜਿਸ ਤਰ੍ਹਾਂ ਵੀ ਆ ਚਲੋ ਸਾਡੇ ਨਾਲ ਕੋਪਰੇਟ ਕਰਨ ਡੇ ਆ ਉਹ। ਅਸੀਂ ਹੋਰ ਕਹਿੰਦੇ ਵੀ ਸਾਡੇ ਨਾਲ ਕੋਪਰੇਟ ਕਰੋ, ਅਸੀਂ ਵੀ ਉਹਨਾਂ ਨਾਲ ਕੋਪਰੇਟ ਕਰਦੇ ਹਾਂ ਵੀ ਆਪਣੇ ਆਪਣੇ ਘਰ ਵਿੱਚ ਆਰਾਮ ਨਾਲ ਰਹਿਣ। ਇੱਥੇ ਜੀ ਉਹਨਾਂ ਨੂੰ ਥਾਣਿਆਂ ਤੋਂ ਲਿਆ ਕੇ ਬੰਦ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਮਤਲਬ ਕਰਫਿਊ ਦੇ ਦੌਰਾਨ ਬਾਹਰ ਨਹੀਂ ਨਿਕਲਣਾ ਹੈਗਾ, ਤਾਂ ਉਹ ਆਪਣੇ ਆਪ ਥੋੜ੍ਹਾ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਆ, ਠੀਕ ਆ ਵੀ ਅਸੀਂ ਗਲਤੀ ਕੀਤੀ ਆ, ਇਹ ਦੁਬਾਰਾ ਨਹੀਂ ਕਰਾਂਗੇ। ਅਤੇ ਇੱਕ ਡਰ ਪੈਦਾ ਕੀਤਾ ਜਾ ਰਿਹਾ, ਡਰ ਪੈਦਾ ਕੀਤਾ ਜਾਂਦਾ ਵੀ ਮਤਲਬ ਕਰਫਿਊ ਜਦੋਂ ਲੱਗਿਆ ਤਾਂ ਉਹਦੇ ਵਿੱਚ ਆਪਾਂ ਬਾਹਰ ਨਹੀਂ ਨਿਕਲਣਾ, ਤਾਂ ਉਹਦੇ ਵਿੱਚ ਮਤਲਬ ਉਹ 188 ਦਾ ਪਰਚਾ ਵੀ ਹੋ ਸਕਦਾ ਵਾ। ਉਹਨਾਂ ਨੂੰ ਇਹ ਸਮਝਾਇਆ, ਵਾਰਨਿੰਗ ਦੇ ਕੇ ਫਿਰ ਛੱਡਿਆ ਜਾਂਦਾ ਅਤੇ ਉਹ ਆਪਣੀ ਗਲਤੀ ਮੰਨਦੇ ਆ ਵੀ ਹੁਣ ਗਾਂਹ ਤੋਂ ਅਸੀਂ ਇਹ ਚੀਜ਼ ਨਹੀਂ ਕਰਾਂਗੇ। ਅਜੇ ਤੱਕ ਕੋਈ ਪਰਚਾ ਦਰਜ ਨਹੀਂ ਹੈ ਜੀ। ਹਾਂਜੀ, ਅਧਿਕਾਰੀ ਸੀ ਉਹ ਦੱਸ ਰਹੇ ਸੀ ਜਿਹੜੇ ਕਰਫਿਊ ਦਾ ਉਲੰਘਣ ਕਰ ਰਹੇ ਨੇ ਉਹਨਾਂ ਦੇ ਖਿਲਾਫ਼ 188 ਦਾ ਪਰਚਾ ਵੀ ਦਰਜ ਹੋ ਸਕਦਾ ਅਤੇ ਸਜ਼ਾ ਵੀ ਹੋ ਸਕਦੀ ਹੈ। ਹਾਲਾਂਕਿ ਅਜੇ ਪਰਚਾ ਦਰਜ ਨਹੀਂ ਕੀਤਾ ਗਿਆ, ਲੇਕਿਨ ਆਉਣ ਵਾਲੇ ਟਾਈਮ ਵਿੱਚ ਇਹ ਸਖਤੀ ਹੋਰ ਵਧਾਈ ਜਾ ਸਕਦੀ ਹੈ। ਲੁਧਿਆਣਾ ਤੋਂ ਕੈਮਰਾਮੈਨ ਜਸਵਿੰਦਰ ਦੇ ਨਾਲ ਕੁਲਬੀਰ ਰਾਹੀ, ਦਾ ਟੀਵੀ NRI।